ਹਰਿਆਣਾ ਦੀਆਂ ਮਹਾਪੰਚਾਇਤਾਂ ਵਿੱਚ ਕਿਸਾਨਾਂ ਨੂੰ ਸਿੰਘੂ ਬਾਰਡਰ ਖਾਲੀ ਕਰਨ ਦੇ ਅਲਟੀਮੇਟਮ ਦੇਣ ਦੀਆਂ ਖਬਰਾਂ ਪਿੱਛੇ ਅਸਲੀਅਤ ਕੀ ਹੈ ਕਿ ਵਾਕਈ ਅਜਹੀਆਂ ਮਹਾਪੰਚਾਇਤਾਂ ਹੋਈਆਂ ਜਿੰਨਾਂ ਵਿੱਚ ਕਿਸਾਨਾਂ ਨੂੰ ਸਿੰਘੂ ਬਾਰਡਰ ਖਾਲੀ ਕਰਨ ਲਈ 10 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਜਾਂ ਇਹ ਪੰਚਾਇਤਾਂ ਕਿਸੇ ਖਾਸ ਧਿਰ ਦੇ ਇਸ਼ਾਰੇ ਤੇ ਹੋਈਆਂ ਅਤੇ ਉਹਨਾਂ ਦੇ ਏਜੰਡੇ ਨੂੰ ਹੀ ਅੱਗੇ ਤੋਰ ਰਹੀਆਂ ਹਨ ਇਹ ਸਵਾਲ ਇਸ ਪੂਰੇ ਘਟਨਾਕਰਮ ਦਰਮਿਆਨ ਉੱਠ ਖੜੇ ਹੋਏ ਹਨ ਹਾਲਾਂਕਿ ਮੀਡੀਆ ਵਿੱਚ ਇਸ ਗੱਲ ਦੇ ਚਰਚੇ ਹਨ ਕਿ ਹਰਿਆਣਾ ਦੇ ਸੋਨੀਪੱਤ ਵਿੱਚ ਤਕਰੀਬਨ 20 ਪਿੰਡਾਂ ਦੇ ਲੋਕਾਂ ਨੇ ਮਹਾਪੰਚਾਇਤ ਕੀਤੀ ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੋਂ ਮੰਗ ਕੀਤੀ ਕਿ ਉਹ ਆਪਣੇ ਖੇਤਰ ਨੂੰ ਦਿੱਲੀ ਦੀ ਸਿੰਘੂ ਸਰਹੱਦ ਨਾਲ ਜੋੜਦੀ ਸੜਕ ਦਾ ਇੱਕ ਹਿੱਸਾ ਹੋਲ ਦੇਣਾ ਜਿਨ੍ਹਾਂ ਲੋਕਾਂ ਨੂੰ ਆਪਣੀ ਨੌਕਰੀ ਲਈ ਯਾਤਰਾ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਵਿਦਿਆਰਥੀ ਆਪਣੀ ਟਿਊਸ਼ਨ ਅਤੇ ਕੋਚਿੰਗ ਦੀਆਂ ਕਲਾਸਾਂ ਲਈ ਜਾਂਦੇ ਹਨ ਉਹਨਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਉਦਯੋਗਿਕ ਇਕਾਈਆਂ ਤੇ ਕਈ ਦੁਕਾਨਾਂ ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਨਾਲ ਕਿਸਾਨਾਂ ਦਾ ਕੋਈ ਮਸਲਾ ਨਹੀਂ ਅਸੀਂ ਉਹਨਾਂ ਦੇ ਵਿਰੁੱਧ ਨਹੀਂ ਹਾਂ ਪਰ ਨਾਗਰਿਕ ਹੋਣ ਦੇ ਨਾਤੇ ਸਾਡੇ ਵੀ ਬਰਾਬਰ ਦੇ ਅਧਿਕਾਰ ਹਨ ਸੋਨੀਪਾਦੇ ਸਿਰਸਾ ਪਿੰਡ ਵਿੱਚ ਇਸ ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਰਾਮਪਾਲ ਸਰੋਹਾ ਨੇ ਇਹ ਸਭ ਬਿਆਨ ਕਰਦਿਆਂ ਕਿਹਾ ਕਿ ਮਹਾਪੰਚਾਇਤ ਵਿੱਚ ਬਕਾ ਦਾ ਇਸ ਬਾਰੇ ਮਤਾ ਪਾਇਆ ਗਿਆ ਹੈ ਸਰੋਹਾ ਨੇ ਕਿਹਾ ਹੈ ਕਿ ਮੁਜਾਰਾਕਾਰੀਆਂ ਦੁਆਰਾ ਪਿਛਲੇ 7 ਮਹੀਨਿਆਂ ਤੋਂ ਪੂਰੀ ਸੜਕ ਨੂੰ ਰੋਕ ਦਿੱਤਾ ਗਿਆ ਹੈ ਅਸੀਂ ਮੰਗ ਕਰ ਰਹੇ ਹਾਂ ਕਿ ਇਸ ਦੇ ਇੱਕ ਪਾਸੇ ਨੂੰ ਖੋਲ ਦਿੱਤਾ ਜਾਵੇ ਕਿਉਂਕਿ ਖੇਤ ਦੇ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ 10 ਦਿਨ ਦਿੱਤੇ ਹਨ। ਇਹ ਖਬਰ ਹੈ ਕਿ ਹਰਿਆਣਾ ਵਿੱਚ 36 ਬਰਾਦਰੀ ਦੀ ਪੰਚਾਇਤ 'ਚ ਇਹ ਫੈਸਲੇ ਲਏ ਗਏ ਹਨ। ਹਾਲਾਂਕਿ ਕਿਸਾਨ ਜਥੇਬੰਦੀਆਂ ਇਸ ਤਰ੍ਹਾਂ ਦੇ ਕਿਸੇ ਵੀ ਅਲਟੀਮੇਟਮ ਨੂੰ ਨਕਾਰ ਰਹੀਆਂ ਹਨ। ਉਹਨਾਂ ਦੀ ਦਲੀਲ ਹੈ ਕਿ ਹਰਿਆਣਾ ਕਿਸਾਨ ਮੋਰਚੇ ਦੇ ਨਾਲ ਖੜ੍ਹਾ ਹੈ। ਇਸ ਤਰ੍ਹਾਂ ਦੀਆਂ ਮਹਾਪੰਚਾਇਤਾਂ ਦਾ ਕਿਸੇ ਖਾਸ ਏਜੰਡੇ ਦੇ ਤਹਿਤ ਹੀ ਕੀਤੀਆਂ ਜਾ ਰਹੀਆਂ ਹਨ। ਸ਼ਮਸ਼ੇਰ ਸਿੰਘ ਨਾਮੀ ਇੱਕ ਫੇਸਬੁੱਕ ਯੂਜ਼ਰ ਨੇ ਲਿਖਿਆ ਹੈ ਕਿ ਮੋਰਚੇ ਨੂੰ ਬਦਨਾਮ ਕਰਨ ਲਈ ਬੀਜੇਪੀ ਆਰਐਸ

ਚਾਲ ਚੱਲ ਰਹੀਆਂ ਹਨ ਪਰ ਪਰਮਾਤਮਾ ਮੋਰਚੇ ਦੇ ਨਾਲ ਹੈ ਸਿੰਘੂ ਬਾਰਡਰ ਦੇ ਲਾਗੇ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਦੀ ਮੀਟਿੰਗ ਸੰਯੁਕਤ ਮੋਰਚੇ ਨਾਲ ਹੋਈ ਹੈ ਅਤੇ ਉਹਨਾਂ ਮੋਰਚੇ ਦਾ ਹਰ ਤਰ੍ਹਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ ਹੈ ਅਸਲ ਵਿੱਚ ਇਹ ਪਹਿਲੀ ਵਾਰ ਨਹੀਂ ਪਿਛਲੀ 26 ਜਨਵਰੀ ਤੋਂ ਬਾਅਦ ਵੀ ਇਸ ਮਸਲੇ ਨੂੰ ਉਭਾਰ ਕੇ ਪੇਸ਼ ਕੀਤਾ ਗਿਆ ਕਿਸਾਨ ਬਨਾਮ ਲੋਕਲ ਲੜਾਈ ਵਧਾਉਣ ਦੀ ਕੋਸ਼ਿਸ਼ ਖੂਬ ਹੋਈ ਪਰ ਇਹ ਸਾਰੇ ਹੱਥ ਕੰਡੇ ਫੇਲ ਹੋ ਗਏ ਜਦੋਂ ਹਰਿਆਣਾ ਦੇ ਕਿਸਾਨ ਖੁੱਲ ਕੇ ਮੋਰਚੇ ਦੇ ਹੱਕ ਵਿੱਚ ਨਿਤਰੇ ਖੁਦ ਮੋਰਚਾ ਸਮਾਰ ਰਹੇ ਹਨ ਅੱਜ ਵੀ ਸਿੰਘੂ ਹੋਵੇ ਜਾਂ ਟਿਕਰੀ ਹਰਿਆਣਾ ਦੇ ਕਿਸਾਨਾਂ ਦੇ ਇੱਕ ਠੋਕੇ ਖੜੇ ਹਨ ਪਰ ਬੇਵਜਾ ਸਿਆਸੀ ਸ਼ਹਿਰ ਤੇ ਕੁਝ ਲੋਕ ਖੜੇ ਕਰ ਇਸ ਤਰ੍ਹਾਂ ਦਾ ਸੰਵਾਦ ਸਿਰਜਿਆ ਜਾਣਾ ਕੋਈ ਨਵੀਂ ਗੱਲ ਨਹੀਂ ਹਾਲਾਂਕਿ ਮੋਰਚੇ ਨਾਲ ਜੁੜੇ ਕਿਸਾਨ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰ ਰਹੇ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ